ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜਾਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਸੀ ਜਾਣਕਾਰੀ ਤੁਹਾਨੂੰ ਸ਼ੇਅਰ ਕਰਨੀ ਹੈ ਜੀ ਇੰਟਰਵਿਊ ਦੇਣ ਦੇ ਸਬੰਧੀ ਕਿਉਂਕਿ ਕਈ ਪੋਸਟਾਂ ਜਈਆਂ ਨੇ ਜਿਵੇਂ میٹرਿਕ ਸੈਕੰਡਰੀ ਅਤੇ ਗ੍ਰੈਜੂਏਸ਼ਨ ਦਰਾਂ ਜੋ ਭਰਤੀ ਆਉਂਦੀਆਂ ਨੇ ਉਹਨਾਂ ਤੇ ਇੰਟਰਵਿਊ ਲਈ ਜਾਂਦੀ ਹੈ ਤੇ ਇੰਟਰਵਿਊ ਤਿਆਰੀ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਇਹ ਸਾਰੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ ਬੇਸ਼ੱਕ ਇੰਟਰਵਿਊ ਖਤਮ ਕਰਨ ਦੀ ਗੱਲ ਕਹੀ ਗਈ ਹੈ ਸੈਂਟਰ ਵੱਲੋਂ ਤਾਂ ਇਹ ਸੂਬੇ ਤੇ ਡਿਪੈਂਡ ਵੀ ਹੁੰਦਾ ਹੈ ਕਿ ਇੰਟਰਵਿਊ ਹੋ ਲਏਗਾ ਜਾ ਨਹੀਂ ਲਏਗਾ ਕਿਉਂਕਿ ਪੰਜਾਬ ਵਿੱਚ ਹਾਲੇ ਵੀ ਕਈ ਵੈਕੈਂਸੀਆਂ ਨੇ ਜਿਨ੍ਹਾਂ ਤੇ ਇੰਟਰਵਿਊ ਚੱਲੀ ਜਾਂਦੀ ਚੱਲੀ ਜਾਂਦੀ ਹੈਗੀ ਤੇ ਲਈ ਜਾ ਰਹੀ ਹੈ ਕੰਟੀਨਿਊ ਤੇ ਇਹ ਰੱਦ ਨਹੀਂ ਕੀਤਾ ਸੀਗਾ ਸੋ ਇਹ ਪੂਰੀ ਜਾਣਕਾਰੀ ਸੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੰਨਾ ਗੱਲਾਂ ਤੁਸੀਂ ਧਿਆਨ ਰੱਖਣਾ ਕਿਸ ਹਿਸਾਬ ਨਾਲ ਹੈ ਜਿਹੜੀ ਇੰਟਰਵਿਊ ਲਈ ਜਾਂਦੀ ਹੈ ਤਾਂ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਜੀ ਸਾਰੇ ਪੁਆਇੰਟ ਅਸੀਂ ਤੁਹਾਨੂੰ ਦੱਸਾਂਗੇ ਕਿਹੜੇ-ਕਿਹੜੀਆਂ ਗੱਲਾਂ ਤੁਸੀਂ ਧਿਆਨ ਰੱਖਣਾ ਕਿਸ ਤਰ੍ਹਾਂ ਤੁਸੀਂ ਆਏ ਜੋ ਇੰਟਰਵਿਊ ਪਾਸ ਕਰ ਸਕਦੇ ਹੋ ਤੇ ਨੌਕਰੀ ਪ੍ਰਾਪਤ ਕਰ ਸਕਦੇ ਹੋ ਨੇਜੀ ਖੇਤਰ ਦੀ ਵਾਦੀ ਪ੍ਰਸਿੱਧੀ ਦੇ ਬਾਵਜੂਦ ਵੀ ਸਰਕਾਰੀ ਨੌਕਰੀ ਦੇਸ਼ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਹੈ ਇਸ ਲਈ ਵਿਦਿਆਰਥੀ ਸਖਤ ਮਿਹਨਤ ਕਰਦੇ ਨੇ ਅਤੇ ਸਫਲਤਾ ਹਾਸਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਦੇਸ਼ ਕੋਵਿਡ 19 ਮਹਾਮਾਰੀ ਕਾਰਨ ਪੂਰੇ ਦੇਸ਼ ਵਿੱਚ ਲਾਕਡਾਊਨ ਲਗਾ ਦਿੱਤਾ ਸੀ ਜਿਸ ਕਰਕੇ ਭਰਤੀ ਦੀਆਂ ਕਈ ਪ੍ਰਕਿਰਿਆਵਾਂ ਤੇ ਨੋਟੀਫਿਕੇਸ਼ਨ ਮੁਲਤਵੀ ਕਰ ਦਿੱਤੇ ਗਏ ਸਨ ਤਾਂ ਹੁਣ ਲਾਕਡਾਊਨ ਤੋਂ ਬਾਅਦ ਫਿਰ ਤੋਂ ਭਰਤੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਲੱਗੇ ਹਨ ਜ਼ਿਆਦਾਤਰ ਵਿਭਾਗਾਂ ਵਿੱਚ ਮੈਟ੍ਰਿਕ ਸੈਕੰਡਰੀ ਤੇ ਗ੍ਰੈਜੂਏਸ਼ਨ ਪਾਸ ਬਿਨੇਕਾਰਾਂ ਲਈ ਨੌکریاں ਨਿਕਲਿਆਨ ਆਮ ਤੌਰ ਤੇ ਨੌਕਰੀ ਲਈ ਪ੍ਰੀਖਿਆ ਤੋਂ ਬਾਅਦ ਵਿਅਕਤੀ ਦੀ ਯੋਗਤਾ ਦਾ ਸਹੀ ਮੁਲਾਂਕਣ ਕਰਨ ਲਈ ਉਸ ਦੀ ਇੰਟਰਵਿਊ ਲਈ ਜਾਂਦੀ ਹੈ ਜਦੋਂ ਕਿ ਇੰਟਰਵਿਊ ਦੇ ਨਾਂ ਤੇ ਹੀ ਜ਼ਿਆਦਾਤਰ ਉਮੀਦਵਾਰ ਡਰ ਅਤੇ ਪਰੇਸ਼ਾਨੀ ਮਹਿਸੂਸ ਕਰਦੇ ਹਨ ਤੇ ਇੰਟਰਵਿਊ ਦੌਰਾਨ ਆਪਣਾ ਆਤਮ ਵਿਸ਼ਵਾਸ ਗਵਾ ਦਿੰਦੇ ਹਨ ਇਸ ਦਾ ਨਤੀਜਾ ਇਹ ਹੁੰਦਾ ਕਿ ਉਹ ਜਾਣਦੇ ਹੋਏ ਵੀ ਸਵਾਲਾਂ ਦਾ ਜਵਾਬ ਸੀ ਜਿਹੜਾ ਉਹ ਸਹੀ ਨਹੀਂ ਦੇ ਸਕਦੇ ਸਮਰਥ ਹੋ ਜਾਂਦੇ ਨੇ ਜੇਕਰ ਤੁਸੀਂ ਕਿਸੇ ਵੀ ਸਰਕਾਰੀ ਨੌਕਰੀ ਲਈ ਇੰਟਰਵਿਊ ਦੀ ਤਿਆਰੀ ਕਰਦੇ ਹੋ ਤਾਂ ਉਸ ਸਮੇਂ ਹੀ ਚਿੰਤਨ ਹੋਣਾ ਬਹੁਤ ਜ਼ਰੂਰੀ ਹੈ ਇਹ ਕਦੇ ਨਾ ਮੰਨੋ ਕਿ ਤੁਸੀਂ ਸਰਕਾਰੀ ਨੌਕਰੀ ਲਈ ਇੰਟਰਵਿਊ ਦੀ ਤਿਆਰੀ ਸਿਰਫ ਇੱਕੋ ਰਾਤ ਕਰ ਸਕਦੇ ਹੋ ਇਹ ਇੱਕ ਲੰਬੀ ਪ੍ਰਕਿਰਿਆ ਹੈ ਤੇ ਇਸ ਲਈ ਤੁਹਾਨੂੰ ਪੂਰਾ ਸਮਾਂ ਦੇਣਾ ਹੋਵੇਗਾ ਸੋ ਪਹਿਲਾ ਪੁਆਇੰਟ ਦੀ ਸੀ ਗੱਲ ਕਰਾਂਗੇ ਜਿਹੜਾ ਤੁਸੀਂ ਧਿਆਨ ਰੱਖਣਾ ਇੰਟਰਵਿਊ ਦੇਣ ਸਮੇਂ ਓਏ ਵਿਭਾਗ ਬਾਰੇ ਜਾਣਕਾਰੀ ਸਰਕਾਰੀ ਨੌਕਰੀ ਜਾਂ ਉਸੇ ਵਿਭਾਗ ਬਾਰੇ ਜਾਣਕਾਰੀ ਲਵੋ ਜਿੱਥੇ ਤੁਸੀਂ ਇੰਟਰਵਿਊ ਦੇਣੀ ਹੈ ਆਪਣੇ ਵਿਸ਼ੇ ਬਾਰੇ ਵਿਸਤਾਰ ਨਾਲ ਪਤਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਚੋਣਕਾਰ ਦਾ ਸਾਹਮਣਾ ਕਰ ਸਕਦੇ ਹੋ ਤਾਨੂੰ ਸਰਕਾਰੀ ਵਿਭਾਗ ਬਾਰੇ ਪਤਾ ਲਾਉਣਾ ਚਾਹੀਦਾ ਹੈ ਜਿਸ ਸੰਸਥਾ 'ਚ ਤੁਸੀਂ ਅਪਲਾਈ ਕਰ ਰਹੇ ਹੋ ਉਸਤੇ ਖੋਜ ਕਰਨ ਦੀ ਇੰਟਰਵਿਊ ਦੀ ਤਿਆਰੀ ਅਹਿਮ ਹਿੱਸਾ ਹੁੰਦੀ ਹੈ ਸੋ ਪਹਿਲਾ ਪੁਆਇੰਟ ਤੁਹਾਡਾ ਇਹੀ ਹੈ ਜਿੱਥੇ ਤੁਸੀਂ ਇੰਟਰਵਿਊ ਦੇਣੀ ਹੈ ਜਿਹੜੇ ਵਿਭਾਗ ਨਾਲ ਸੰਬੰਧਤੋਂ ਤੁਸੀਂ ਉਹ ਵਿਭਾਗ ਦੀ ਜਿਹੜੀ ਉਹ ਜਾਣਕਾਰੀ ਪ੍ਰਾਪਤ ਕਰੋ ਦੂਸਰਾ ਪੁਆਇੰਟ ਆਮ ਸਵਾਲਾਂ ਦੀ ਵਿਸ਼ੇਸ਼ ਤੁਸੀਂ ਜਿਹੜੀ ਉਹ ਤਿਆਰੀ ਕਰਨੀ ਹੈ ਜਿਹੜੇ ਨਾਰਮਲ ਸਵਾਲ ਹੁੰਦੇ ਨੇ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਲਗਭਗ 75% ਦੀ ਇੰਟਰਵਿਊ ਚ ਇਹੀ ਪੁੱਛਿਆ ਜਾਂਦਾ ਹੈ ਕਿ ਆਪਣੇ ਬਾਰੇ ਦੱਸੋ। ਇਹ ਸਵਾਲ ਸਭ ਤੋਂ ਸੌਖਾ ਲੱਗਦਾ ਹੈ ਪਰ ਇਸ ਦਾ ਜਵਾਬ ਹੀ ਤੈਅ ਕਰਦਾ ਹੈ ਕਿ ਤੁਹਾਨੂੰ ਨੌਕਰੀ ਮਿਲੇਗੀ ਜਾਂ ਨਹੀਂ। ਇਸ ਸਵਾਲ ਜਰੀਏ ਚੋਣ ਕਰਤਾ ਤੁਹਾਡਾ ਆਤਮ ਵਿਸ਼ਵਾਸ ਤੇ ਤੁਹਾਡੀ ਗੱਲਬਾਤ ਦਾ ਰਵਈਆ ਜਿਹੜਾ ਉਹ ਦੇਖਦਾ ਹੈ। ਇਸ ਤੋਂ ਇਲਾਵਾ ਇਸ ਕੰਮ ਬਾਰੇ ਤੁਸੀਂ ਕੀ ਜਾਣਦੇ ਹੋ? ਇਹ ਖੇਤਰ ਤੁਸੀਂ ਕਿਉਂ ਚੁਣਿਆ? ਇਸ ਖੇਤਰ 'ਚ ਹੀ ਕੈਰੀਅਰ ਕਿਉਂ ਬਣਾਉਣਾ ਚਾਹੁੰਦੇ ਹੋ? ਆਪਣੀ ਕਿਸੇ ਖਾਸ ਯੋਗਤਾ ਬਾਰੇ ਦੱਸੋ। ਆਪਣੀ ਕਮਜ਼ੋਰੀ ਦੱਸੋ। ਇਹ ਹਰ ਇੰਟਰਵਿਊ 'ਚ ਪੁੱਛੇ ਜਾਣ ਵਾਲੇ ਆਮ ਸਵਾਲ ਨੇ ਜੇ ਤੁਸੀਂ ਇਹਨਾਂ 'ਚ ਗੜਬੜੀ ਕੀਤੀ ਤਾਂ ਤੁਹਾਡੀ ਇੰਟਰਵਿਊ 'ਚੋਂ ਸਫਲ ਹੋਣ ਦੀ ਸੰਭਾਵਨਾ ਜਿਹੜੀ ਉਹ ਘਟ ਜਾਂਦੀ ਹੈ ਇੰਟਰਵਿਊ ਤੋਂ ਪਹਿਲਾਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਆਪਣੀ ਤਿਆਰੀ ਤੁਹਾਨੂੰ ਕਰ ਲੈਣੀ ਚਾਹੀਦੀ ਹੈ ਤਾਂ ਇਹ ਸਾਰੇ ਆ ਜਿਹੜੇ ਆਮ ਸਵਾਲ ਪੁੱਛੇ ਜਾਂਦੇ ਨੇ ਅਗਲਾ ਪੁਆਇੰਟ ਹੈ ਇੰਟਰਨੈਟ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਆਪਣੇ ਸੀਨੀਅਰ ਜਾਂ ਹੋਰ ਉਮੀਦਵਾਰਾਂ ਨੂੰ ਮਿਲੋ ਜਿਨ੍ਹਾਂ ਨੇ ਸਰਕਾਰੀ ਨੌਕਰੀ ਲਈ ਇੰਟਰਵਿਊ ਦਿੱਤੀ ਹੋਵੇ ਉਨ੍ਹਾਂ ਨਾਲ ਗੱਲ ਕਰੋ ਤੇ ਉਨ੍ਹਾਂ ਦੇ ਤਜਰਬਿਆਂ ਬਾਰੇ ਗਿਆਨ ਪ੍ਰਾਪਤ ਕਰੋ ਇਸ ਨਾਲ ਤੁਹਾਨੂੰ ਇਹ ਜੋ ਕਾਫੀ ਫਾਇਦਾ ਹੋਏਗਾ ਤੁਹਾਡੇ ਇੰਟਰਨੈਟ ਤੇ ਵੀ ਅਜਿਹੇ ਸਰੋਤ ਮਿਲ ਜਾਣਗੇ ਜੋ ਤੁਹਾਡੀ ਇੰਟਰਵਿਊ ਦੌਰਾਨ ਮਦਦ ਕਰ ਸਕਦੇ ਨੇ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਰਿਜ਼ੂਮ ਛੋਟਾ ਤੇ ਸਰਲ ਬਾਰੇ ਜੋ ਮੇਨ ਅਤੇ ਜ਼ਰੂਰੀ ਹੁੰਦਾ ਹੈ ਰਿਜ਼ੂਮ ਇੰਟਰਵਿਊ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ ਉਸ ਨੂੰ ਛੋਟਾ ਸਰਲ ਤੇ ਸ਼ਾਨਦਾਰ ਬਣਾਓ ਆਪਣੇ ਰੈਜ਼ਿਊਮ ਨੂੰ ਡਿਜ਼ਾਈਨ ਨਾ ਕਰੋ ਤੁਹਾਡੇ ਕੋਲ ਸਾਰੇ ਉਹ ਗੁਣ ਹੋਣੇ ਚਾਹੀਦੇ ਨੇ ਜਿੰਨਾ ਤੁਹਾਡੇ ਰੈਜ਼ਿਊਮ 'ਚ ਜ਼ਿਕਰ ਹੈ ਰੈਜ਼ਿਊਮ 'ਚ ਕੁਝ ਅਜਿਹਾ ਨਾ ਲਿਖੋ ਜੋ ਤੁਹਾਡੇ ਕੋਲ ਨਾ ਹੋਵੇ ਸੋ ਇਹ ਮੇਨ ਪੁਆਇੰਟ ਹੈ ਜੀ ਰੈਜ਼ਿਊਮ ਨਾਲ ਸੰਬੰਧਤ ਕਾਫੀ ਸਾਰੇ ਇਹ ਜੋ ਰੈਜ਼ਿਊਮ ਉਹ ਡਿਜ਼ਾਈਨਦਾਰ ਬਣਾ ਲੈਂਦੇ ਨੇ ਕੁਝ ਗੱਲਾਂ ਆਪਣੇ ਕੋਲੋਂ ਜ਼ਿਆਦਾ ਲਿਖ ਦਿੰਦੇ ਨੇ ਤਾਂ ਜਦੋਂ ਫਿਰ ਇੰਟਰਵਿਊ 'ਚ ਪੁੱਛਿਆ ਜਾਂਦਾ ਹੈ ਤਾਂ ਉੱਥੇ ਜਵਾਬ ਨਹੀਂ ਹੁੰਦਾ ਇਸ ਕਰਕੇ ਆ ਜੋ ਇੰਟਰਵਿਊ 'ਚ ਤੁਸੀਂ ਫੇਲ ਹੋ ਜਾਂਦੇ ਹੋ ਇਸ ਤੋਂ ਬਾਅਦ ਖੁਦ ਨੂੰ ਤੁਸੀਂ ਤਿਆਰ ਕਰ ਸਕਦੇ ਹੋ ਤੁਹਾਡੀ ਤੁਹਾਨੂੰ ਹੈ ਜੋ ਇੰਟਰਵਿਊ ਦੌਰਾਨ ਚੋਰ ਕਰਤਾ ਦੇ ਇੱਕ ਪੈਨਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦਾ ਸਾਹਮਣਾ ਕਰਨ ਲਈ ਇੱਕ ਮਜ਼ਬੂਤ ਦਿਮਾਗ ਦੀ ਜ਼ਰੂਰਤ ਹੁੰਦੀ ਹੈ ਕੋਸ਼ਿਸ਼ ਕਰਨ ਤੋਂ ਪਹਿਲਾਂ ਹੀ ਖੁਦ ਨੂੰ ਮਨੋਵਿਗਿਆਨਕ ਤੇ ਮਾਨਸਿਕ ਰੂਪ ਨਾਲ ਤਿਆਰ ਤੁਹਾਨੂੰ ਜਿਹੜਾ ਉਹ ਕਰ ਲੈਣਾ ਚਾਹੀਦਾ ਹੈ ਸੋ ਇਹ ਕੁਝ ਪੁਆਇੰਟ ਨੇ ਜਿੰਨਾਂ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਬਿਲਕੁਲ ਜਿਹੜੇ ਸਰਲ ਕੁਐਸਚਨ ਇੰਟਰਵਿਊ ਚ ਪੁੱਛੇ ਜਾਂਦੇ ਆ ਅਗਰ ਤੁਸੀਂ ਸੈਕਿੰਡ ਜਾਂ 3rd ਫਲੋਰ ਤੇ ਗਏ ਹੋ ਤਾਂ ਹੋ ਸਕਦਾ ਤੁਹਾਨੂੰ ਤੇ ਇਹ ਪੁੱਛ ਲਿਆ ਜਾਂਦਾ ਹੈ ਕਿ ਤੁਸੀਂ ਕਿਹੜੇ ਫਲੋਰ ਤੇ ਇੰਟਰਵਿਊ ਦੇਣ ਆਏ ਹੋ ਅਗਰ ਤੁਸੀਂ ਸੋਚਣ ਲੱਗੇ ਜੇ ਤੁਸੀਂ ਫੇਲ ਹੋ ਜਾਉਗੇ ਅਗਰ ਤੁਸੀਂ ਗਲਤ ਵੀ ਦੱਸਤਾ ਵੀ ਤੀਸਰੇ ਫਲੋਰ ਤੇ ਆਏ ਆ ਜਾਂ ਦੂਸਰੇ ਫਲੋਰ ਤੇ ਆਏ ਆ ਤਾਂ ਤੁਹਾਡਾ ਜੋ ਉਹ ਦਿਮਾਗ ਚੈੱਕ ਕਰਨਗੇ ਵੀ ਤੁਸੀਂ ਸੁਸਤੋਂ ਜਾਂ ਸੁਸਤੋਂ ਜਾਂ ਇਹ ਹੁੰਦਾ ਕਿ ਤੁਸੀਂ ਪੌੜੀਆਂ ਚੜ ਕੇ ਜਾਨੇ ਹੋ ਤਾਂ ਅੰਦਾਜ਼ੇ ਨਾਲ ਹੀ ਪੁੱਛ ਲੈਂਦੇ ਕਿ ਤੁਸੀਂ ਕਿੰਨੀਆਂ ਪੌੜੀਆਂ ਉੱਪਰ ਚੜ ਕੇ ਆਏ ਹੋ ਭੇਸ਼ੱਕ ਪਤਾ ਉਹਨਾਂ ਨੂੰ ਵੀ ਨਹੀਂ ਹੁੰਦਾ ਤਾਂ ਅਗਰ ਤੁਸੀਂ ਫਟ ਦੇਣ ਜਵਾਬ ਦੇਉਗੇ 17 ਪੌੜੀਆਂ ਚੜ ਕੇ ਆਏ ਜਾਂ 15 ਪੌੜੀਆਂ ਚੜ ਕੇ ਆਏ ਆ ਤਾਂ ਉਹ ਤੁਹਾਨੂੰ ਪਾਸ ਕਰ ਦੇਣਗੇ ਗਿਣਤੀ ਟੋਟਲ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਉਹਨਾਂ ਨੇ ਇਹ ਤੁਹਾਨੂੰ ਚੈੱਕ ਕਰਨਾ ਹੁੰਦਾ ਹੈ ਕਿ ਤੁਸੀਂ ਦਿਮਾਗ ਤੌਰ ਤੇ ਪ੍ਰੈਜ਼ੈਂਟ ਹੈਗੇ ਹੋ ਜਾਂ ਨਹੀਂ ਹੋ ਜਾਂ ਫਿਰ ਤਾਂ ਉਹਦੇ ਸ਼ਰਟ ਦੇ ਜਿਹੜੇ ਬਟਨ ਨੂੰ ਪੁੱਛ ਲਿਆ ਜਾਂਦੇ ਨੇ ਕਿ ਤੁਹਾਡੇ ਸ਼ਰਟ ਦੇ ਕਿੰਨੇ ਬਟਨ ਨੇ ਅਗਰ ਤੁਹਾਡੇ ਪੱਗ ਬੰਨੀ ਹੈ ਪੱਗ ਦਾ ਕਲਰ ਵੀ ਪੁੱਛ ਸਕਦੇ ਆ ਤੁਹਾਨੂੰ ਉਲਝਾਉਣ ਵਾਸਤੇ ਤਾਂ ਜੋ ਵੀ ਝਟਪਟ ਜਵਾਬ ਦਿੰਦਾ ਹੈ ਉਹ ਕੁਆਲੀਫਾਈ ਹੋ ਜਾਂਦਾ ਹੈ ਜੋ ਸੋਚਣ ਲੱਗ ਜਾਂਦਾ ਹੈ ਉਹ ਫੇਲ ਹੋ ਜਾਂਦਾ ਹੈ ਸੋ ਇਸ ਤਰ੍ਹਾਂ ਦੇ ਆਮ ਸਵਾਲ ਹੀ ਪੁੱਛੇ ਜਾਂਦੇ ਆ ਜਾਂ ਕਿਸੇ ਪਾਰਟੀ ਨਾਲ ਸੰਬੰਧਿਤ ਵੀ ਪੁੱਛ ਸਕਦੇ ਹੈਗੇ ਕਿ ਵੀ ਕਿਹੜੀ ਪਾਰਟੀ ਦਾ ਕਿਹੜਾ ਨੇਤਾ ਹੈ ਜਾਂ ਕਿਹੜਾ ਹੁਣ ਸੰਘਰਸ਼ ਚੱਲ ਰਿਹਾ ਹੈ ਜਿਵੇਂ ਕਿਸਾਨ ਜਿੱਤੇ ਬੰਦੀਆਂ ਚੱਲ ਰਿਹਾ ਹੈ ਤਾਂ ਇਸਤੇ ਜਾਂ ਕੋਵਿਡ ਤੇ ਕੋਈ ਆਮ ਜਾਂ ਸਵਾਲ ਪੁੱਛ ਲੈਂਦੇ ਹੈਗੇ ਸੋ ਇਹ ਸਾਰੇ ਆਮ ਸਵਾਲਾਂ ਤੁਹਾਨੂੰ ਜਾਣਕਾਰੀ ਹੈ ਜੋ ਜਿਹੜੀ ਇਕੱਠੀ ਕਰਨੀ ਚਾਹੀਦੀ ਹੈ ਤੇ ਤਿਆਰੀ ਕਰਨੀ ਚਾਹੀਦੀ ਹੈ ਪੂਰੇ ਆਤਮ ਵਿਸ਼ਵਾਸ ਨਾਲ ਤੁਹਾਨੂੰ ਇਹ ਜੋ ਇੰਟਰਵਿਊ ਦੇਣੀ ਚਾਹੀਦੀ ਹੈ ਹਰ ਜੁਗ ਤੇ ਖਾਸ ਧਿਆਨ ਦੇਣਾ ਚਾਹੀਦਾ ਜਿਵੇਂ ਪਹਿਲਾਂ ਵੀ ਦੱਸਿਆ ਸੀ ਸਿਰਫ ਮੇਨ ਚੀਜ਼ਾਂ ਲਿਖੋ ਉਹ ਚੀਜ਼ਾਂ ਲਿਖੋ ਜੋ ਤੁਹਾਡੇ ਕੋਲ ਨੇ ਜੋ ਤੁਸੀਂ ਕਰ ਸਕਦੇ ਹੋ ਜਾਇਦਾ ਰਜੂਮ ਜਿਹੜਾ ਉਹ ਵੱਡਾ ਨਹੀਂ ਹੋਣਾ ਚਾਹੀਦਾ ਅਤੇ ਡਿਜ਼ਾਈਨ ਨਾ ਕਰੋ ਕਾਫੀ ਜਾਰੇ ਨਹੀਂ ਡਿਜ਼ਾਈਨ ਪਾ ਲੈਂਦੇ ਅਰਜੂਮ ਤੇ ਤਾਂ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਸਿੰਪਲ ਹੈ ਜਿਹੜਾ ਉਹ ਤੁਹਾਡਾ ਰਜੂਮ ਹੋਣਾ ਚਾਹੀਦਾ ਹੈ ਇਸ ਨਾਲੇ ਜੋ ਉਹ ਤਾਂ ਅਫੈਕਟ ਪੈਂਦਾ ਸੋ ਇਹ ਸਾਰੀ ਏਸੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਵੀਡੀਓ ਚੰਗੀ ਲੱਗੀ ਤਾਂ ਅਗੇ ਜਰੂਰ ਸ਼ੇਅਰ ਕਰ ਦਿਓ ਜੀ ਬਾਕੀ ਇਸੇ ਤਰ੍ਹਾਂ ਤੁਹਾਨੂੰ ਇਹ ਨਾਲ ਅਸੀਂ ਵੀਡੀਓ ਸ਼ੇਅਰ ਕਰਦੇ ਰਹਾਂਗੇ ਜੋ ਵੀ ਐਜੂਕੇਸ਼ਨਲ ਨਾਲ ਸੰਬੰਧਤ ਹੋਣਗੀਆਂ ਜੋ ਵੀ ਨਵੀਆਂ ਪੋਸਟਾਂ ਆਉਣਗੀਆਂ ਸਟੈਪ ਬਾਈ ਸਟੈਪ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਉਂਦਾ ਹੈ ਤਾਂ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸ਼ੇਅਰ ਕਰਦੇ ਹਾਂ ਧੰਨਵਾਦ ਜੀ